ਹਾਂਜੀ ਦੋਸਤੋ, ਇਸ ਟਾਈਮ ਆਪਾਂ ਖੜੇ ਹਾਂ ਬੋਹਲ। ਬੋਹਲ ਜਿਹੜਾ ਫਿਲੀਪੀਨ ਦੀ ਟੌਪ 5 ਪਲੇਸਿਸ ਦੇ ਵਿੱਚ ਆਉਂਦਾ ਹੈ। ਬਹੁਤ ਹੀ ਵਧੀਆ ਟੂਰਿਸਟ ਅਟਰੈਕਸ਼ਨ ਹੈ ਇੱਥੇ ਬੋਹਲ, ਆਪਣੇ ਚੋਕਲੇਟ ਹਿਲਸ ਅਤੇ ਇੱਥੇ ਇੱਕ ਸਮਾਲੈਸਟ, ਵਨ ਆਫ ਦਾ ਸਮਾਲੈਸਟ ਐਨੀਮਲ ਜਿਹਨੂੰ ਆਪਾਂ ਕਹਿੰਦੇ ਹਾਂ ਦਰਸ਼ਰ, ਜਾਂ ਦਰਸ਼ਰ ਵਾਸਤੇ ਫੇਮਸ ਹੈ। ਸੋ ਬੋਹਲ ਟੂਰ ਦੇ ਵਿੱਚ ਤੁਸੀਂ ਦੋ ਦਿਨ ਦਾ ਜਾਂ 3 ਦਿਨ ਦਾ ਇੱਥੇ ਟੂਰ ਤੁਸੀਂ ਪਲੈਨ ਕਰ ਸਕਦੇ ਹੋ। ਬੋਹਲ ਤੁਸੀਂ ਕਿਸ ਤਰ੍ਹਾਂ ਆ ਸਕਦੇ ਹੋ? ਦੋ ਰਸਤੇ ਆ ਬੋਹਲ ਆਉਣ ਦੇ। ਪਹਿਲਾਂ ਤੁਸੀਂ ਮਨੀਲਾ, ਅਗਰ ਤੁਸੀਂ ਮਨੀਲਾ ਚੋਂ ਤਾਂ ਮਨੀਲਾ ਤੋਂ ਡਾਇਰੈਕਟ ਫਲਾਈਟ ਹੈ ਬੋਹਲ ਦੀ, ਜਿਹੜੀ 1.5 ਜਾਂ 2 ਘੰਟੇ ਲੈਂਦੀ ਆ, ਅਤੇ ਦਿਨ 'ਚ 2 ਜਾਂ 3 ਫਲਾਈਟਸ ਆ। ਦੂਸਰਾ, ਤੁਸੀਂ ਬਾਏ ਫੇਰੀ ਆ ਸਕਦੇ ਹੋ। ਫੇਰੀ ਦੇ ਵਿੱਚ 2 ਆਪਸ਼ਨ ਹੈ, ਇੱਕ ਤਾਂ ਸੀਬੂ ਤੋਂ ਤੁਸੀਂ ਬੋਹਲ ਆ ਸਕਦੇ ਹੋ, ਅਤੇ ਦੂਸਰੀ ਆਪਸ਼ਨ ਹੈਗੀ ਆ ਨਾਸੀਪਿਤ ਤੋਂ ਬੋਹਲ। ਠੀਕ ਹੈ, ਸਾਡਾ ਜਿਹੜਾ ਟ੍ਰਿਪ ਹੈ ਇਹ ਨਾਸੀਪਿਤ ਤੋਂ ਬੋਹਲ ਹੈ, ਜਿਹਦੇ ਵਿੱਚ ਆਪਾਂ ਨਾਸੀਪਿਤ ਤੋਂ ਆਲਰੇਡੀ ਟਿਕਟਸ ਜਿਹੜੀਆਂ ਔਨਲਾਈਨ ਬੁਕਿੰਗ ਕਰਵਾ ਚੁੱਕੇ ਸੀਗੇ। ਸੋ ਨਾਸੀਪਿਤ ਪੋਰਟ ਪਹੁੰਚ ਗਏ। ਸਭ ਤੋਂ ਪਹਿਲਾਂ ਆਪਾਂ ਟਰਮੀਨਲ ਫੀਸ ਜਿਹੜੀ ਆ ਪੇ ਕੀਤੀ, ਉਸ ਤੋਂ ਬਾਅਦ ਫੈਮਿਲੀ ਪਿਕ, ਫਿਰ ਸਕਿਉਰਿਟੀ ਗਾਰਡ ਨੇ ਸਾਡੀ ਟਿਕਟ ਚੈੱਕ ਕੀਤੀ ਜੋ ਕਿ ਸਾਡੇ ਮੋਬਾਈਲ ਦੇ ਵਿੱਚ ਸੀ, ਅਤੇ ਇਸ ਤੋਂ ਬਾਅਦ ਸੀਗਾ ਬੈਗ ਸਕੈਨ। ਦੈਨ ਆਲਰੇਡੀ ਲੇਟ ਸੀਗੇ ਇਸ ਕਰਕੇ ਵੇਟਿੰਗ ਏਰੀਆ 'ਚ ਜਾਣ ਦੀ ਕੋਈ ਲੋੜ ਨਹੀਂ ਸੀ, ਅਤੇ ਡਾਇਰੈਕਟ ਆਪਾਂ ਸ਼ਿਪ ਦੀ ਤਰਫ ਰਵਾਨਾ ਹੋ ਗਏ। ਸੋ ਇਹ ਸਾਡੇ ਸਾਹਮਣੇ ਸਾਡਾ ਸ਼ਿਪ ਸੀਗਾ। ਮੈਨੂੰ ਲੱਗ ਰਿਹਾ ਸੀ ਕਿ ਲਾਸਟ ਪੈਸੰਜਰ ਆਪਾਂ ਹੀ ਹਾਂ, ਅਤੇ ਇਹਦੇ ਵਿੱਚ ਸਾਡੀ ਪਰੀ ਸਾਡੀ ਜਹਾਜ਼ ਦੇ ਵਿੱਚ ਜਾ ਕੇ ਬੈਠ ਗਈ ਆ, ਅਤੇ ਇਹ ਸਾਹਮਣੇ ਵਿਊ, ਸਾਡੇ ਸਾਹਮਣੇ ਬਾਹਰਲਾ ਬਹੁਤ ਵਧੀਆ ਵਿਊ ਸੀਗਾ ਜਿਹਦੇ ਵਿੱਚ ਪਾਣੀ ਆਪਣਾ ਮੈਂ ਚਮਚਮਾਉਂਦਾ। ਅਤੇ ਇਹ ਜਹਾਜ਼ ਦੀ ਸਟੈਂਡਰਡ ਸੀਟ ਸੀਗੀ ਜਿਹਦੇ ਵਿੱਚ ਵਿਦਾਊਟ ਏਸੀ ਸੀਟ ਆ, ਜਿਹਦੇ ਵਿੱਚ ਲੋਕ ਨੋਰਮਲ ਯਾਤਰਾ ਕਰਦੇ ਨੇ, ਜਿੱਦਾਂ ਆਪਣੇ ਪੰਜਾਬ ਦੇ ਵਿੱਚ ਹੈਗਾ ਵਾ ਕਿ ਬੱਸਿਸ ਦੇ ਵਿੱਚ ਹੈਗਾ, ਅਤੇ ਬੈੱਡ ਲੱਗੇ ਹੋਏ ਆ, ਨੋਰਮਲ ਜਨਰਲ ਡੱਬਾ ਹੁੰਦਾ ਹੈ ਰੇਲ ਗੱਡੀਆਂ ਦਾ, ਲੋਕ ਆਪਣੇ ਬਿਸਤਰੇ ਵਿਛਾ ਵਿਛੂ ਕੇ ਲੰਮੇ ਲੰਮੇ ਇੱਧਰ ਉੱਧਰ ਲੱਤਾਂ ਕਰਕੇ ਪਏ ਹੋਏ ਆ। ਹੁਣ ਆਪਾਂ ਐਂਟਰ ਹੋ ਰਹੇ ਹਾਂ ਟੂਰਿਸਟ ਕਲਾਸ ਦੇ ਵਿੱਚ ਜੋ ਕਿ ਫੁੱਲੀ ਏਸੀ ਆ। ਇਨ ਕੇਸ ਤੁਸੀਂ ਅਗਰ ਆਪਣੀ ਫੈਮਿਲੀ ਨਾਲ ਆਉਂਦੇ ਹੋ ਤਾਂ ਤੁਹਾਡੇ ਵਾਸਤੇ ਟੂਰਿਸਟ ਕਲਾਸ ਬੈਟਰ ਆ। ਟੂਰਿਸਟ ਕਲਾਸ ਦੇ ਅੰਦਰ ਬਹੁਤ ਜ਼ਿਆਦਾ ਸਫਾਈ ਹੈ, ਔਰ ਬੈੱਡ ਦਾ ਸਾਈਜ਼ ਔਰ ਬੈੱਡ ਬਹੁਤ ਵਧੀਆ। ਅਗਰ ਆਪਾਂ ਫਿਲੀਪੀਨ ਦੇ ਵਿੱਚ ਕਦੇ ਵੀ ਟਰੈਵਲ ਕਰਦੇ ਹਾਂ ਤਾਂ ਟੂਰਿਸਟ ਕਲਾਸ ਜਾਂ ਇਸ ਤੋਂ ਕੋਈ ਉੱਪਰ ਕਲਾਸ ਉਹਦੇ ਵਿੱਚ ਹੀ ਹਮੇਸ਼ਾ ਟਰੈਵਲ ਕਰਨਾ ਚਾਹੀਦਾ ਹੈ। ਸੋ ਟੂਰਿਸਟ ਕਲਾਸ ਦੇ ਵਿੱਚ ਇੱਕ ਬੈੱਡ ਸ਼ੀਟ ਦਿੰਦੇ ਆ ਪਰ ਬੈੱਡ, ਜੋ ਕਿ ਯੂਜ਼ ਕਰਨ ਵਾਸਤੇ ਫ੍ਰੀ ਆ, ਪਰ ਤੁਹਾਨੂੰ ਆਪਣੀ ਆਈ ਡੀ ਡਿਪੋਜ਼ਿਟ ਕਰਨੀ ਪਏਗੀ ਇਹਦੇ ਵਾਸਤੇ। ਉਗਮਾਰਾ ਬਾਲਿਕਾ ਕੋ ਆਈਡੀ, ਦਿਸ ਇਜ਼ ਫੋਰ ਬੈੱਡ ਸ਼ੀਟ, ਓਕੇ ਥੈਂਕ ਯੂ। ਹੁਣ ਵੇਟ ਕਰ ਰਹੇ ਹਾਂ ਕਿ ਕਿਸ ਟਾਈਮ ਸ਼ਿਪ ਚੱਲੇ। ਐਕਚੁਲੀ ਸ਼ਿਪ ਚੱਲਣ ਦਾ ਟਾਈਮ 10 ਵਜੇ ਆ ਅਤੇ 10:15 ਹੋ ਚੁੱਕੇ ਆ, ਬਟ ਹਜੇ ਤੱਕ ਸ਼ਿਪ ਚੱਲਿਆ ਨਹੀਂ ਆ। ਇਹ ਛੋਟੀ ਜਿਹੀ ਕੰਟੀਨ ਆ ਵਿੱਚ ਸ਼ਿਪ ਦੇ ਵਿੱਚ, ਜਿੱਥੇ ਤੁਸੀਂ ਆਪਣਾ ਬਾਏ ਕਰ ਸਕਦੇ ਹੋ ਸਨੈਕਸ ਵਗੈਰਾ। ਸ਼ਿਪ ਚੱਲਣ ਤੋਂ ਬਾਅਦ ਸਾਡਾ ਟਾਈਮ ਸੀ ਡਿਨਰ ਕਰਨ ਦਾ, ਅਤੇ ਕੰਟੀਨ ਦੇ ਸਾਹਮਣੇ ਬੈਂਚ ਲੱਗੇ ਹੋਏ ਆ ਜਿੱਥੇ ਆਪਾਂ ਬੈਠ ਕੇ ਡਿਨਰ ਕੀਤਾ, ਜੋ ਕਿ ਆਪਾਂ ਆਪਣਾ ਘਰੋਂ ਬਣਾ ਕੇ ਲੈ ਕੇ ਗਏ ਸੀ। ਸਵੇਰ ਦੇ 5:07 'ਤੇ ਆਪਾਂ ਬੋਹਲ ਦੇ ਪੋਰਟ ਦੇ ਉੱਪਰ ਪਹੁੰਚੇ ਹਾਂ, ਜੋ ਕਿ ਇਸ ਟਾਈਮ ਸਨਰਾਈਜ਼ ਦਾ ਟਾਈਮ ਸੀ, ਔਰ ਸਾਹਮਣੇ ਸਾਡੇ ਸਾਹਮਣੇ ਵਿਊ ਹੈ, ਬੱਦਲਾਂ ਦੇ ਨਾਲ ਸੂਰਜ ਘਿਰਿਆ ਹੋਇਆ, ਬਹੁਤ ਹੀ ਪਿਆਰਾ ਵਿਊ, ਜ਼ਬਰਦਸਤ ਸੀਨ ਸੀਗਾ, ਜ਼ਬਰਦਸਤ ਸੀਨਰੀ ਸੀ, ਅਤੇ ਪਾਣੀ ਵੀ ਆਪਣੇ ਖੂਬਸੂਰਤ ਅੰਦਾਜ਼ ਦੇ ਵਿੱਚ ਬਹਿ ਰਿਹਾ ਸੀ।
ਅੱਜ ਦੇ ਦਿਨ ਮੇਰੇ ਵੱਡੇ ਬੇਬੀ ਪਰੀਸ਼ਾ ਗੋਇਲ ਦਾ ਬਰਥਡੇ ਆ ਅਤੇ ਆਪਾਂ ਸਵੇਰੇ ਉੱਠ ਕੇ ਸਭ ਨੇ ਪਹਿਲਾਂ ਉਹਨੂੰ ਵਿਸ਼ ਕੀਤਾ ਅਤੇ ਹਨਾ ਇਸ ਟਾਈਮ ਸੁੱਤੀ ਹੋਈ ਸੀ ਅਜੇ ਸੋ ਇਹ ਬੈਗ ਇਹਨਾਂ ਦੇ ਰੱਖਦੇ ਹੋਏ ਆ ਮੈਨੂੰ ਲੱਗਦਾ ਹਾਂ ਇੰਸਪੈਕਸ਼ਨ ਕਰ ਰਹੇ ਆ ਇੰਸਪੈਕਸ਼ਨ ਚੱਲ ਰਹੀ ਆ ਡਰੱਗਸ ਵਗੈਰਾ ਦੀ ਨਾ ਸੋ ਸਕਿਉਰਿਟੀ ਹੈਗੀ ਉਹ ਸਾਹਮਣੇ ਉਹ ਦੇਖੋ ਨਾ ਕੁੜਤਾ ਲੈ ਕੇ ਆਏ ਉਹ ਕੁੱਤਾ ਆਪਣਾ ਕੰਮ ਕਰ ਨਹੀਂ ਰਿਹਾ ਚੰਗੀ ਤਰ੍ਹਾਂ ਨਾ ਬੱਸ ਵੀ ਆਈ ਹੈ ਅਤੇ ਬੱਸ ਨੂੰ ਵੀ ਚੰਗੀ ਤਰ੍ਹਾਂ ਪੂਰੇ ਸਪਰੇ ਕਰਕੇ ਫਿਰ ਅੱਗੇ ਇਸੇ ਆਈਲੈਂਡ 'ਤੇ ਤਾਰੇ ਜਾਏਗਾ ਪੂਰੀ ਸੇਫਟੀ ਦੀ ਜਿਹੜੀ ਆ ਉਹ ਦੇਖਦੇ ਪਏ ਆ ਹੁਣ ਪੂਰੇ ਟਾਇਰ ਵਗੈਰਾ ਸਾਰੇ ਧੋਤੇ ਜਾਣਗੇ ਹਾਂਜੀ ਇਸ ਟਾਈਮ ਆਪਾਂ ਜਗਨਾ ਬੋਟ ਖੜ੍ਹੇ ਹਾਂ ਜਗਨਾ ਬੋਟ ਤੋਂ ਪੰਗਲਾਓ ਜਿਹੜਾ ਅਪਰੋਕਸੀਮੇਟ 2 ਘੰਟੇ ਦਾ ਡਿਸਟੈਂਸ ਹੈਗਾ ਵਾ ਸੋ ਉਧਰੋਂ ਆਪਾਂ ਪੰਗਲਾਓ ਬੀਚ ਜਾ ਰਹੇ ਹਾਂ ਹੋਟਲ ਜਾ ਕੇ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਲੱਗਾ ਕਿ ਬੋਹਲ ਦੇ ਵਿੱਚ ਜਿੰਨੇ ਵੀ ਹੋਟਲਸ ਨੇ ਸਭ ਦਾ ਚੈੱਕਇਨ ਟਾਈਮ ਜਿਹੜਾ 2 ਵਜੇ ਆ ਅਤੇ ਚੈੱਕਆਊਟ ਟਾਈਮ 12 ਵਜੇ ਆ ਬਟ ਆਪਾਂ ਸਵੇਰੇ 8 ਤੋਂ 9 ਦੇ ਵਿਚਕਾਰ ਇੱਥੇ ਪਹੁੰਚ ਗਏ ਹਾਂ ਅਤੇ ਸਾਨੂੰ ਚੈੱਕਇਨ ਵਾਸਤੇ 2 ਵਜੇ ਦੀ ਵੇਟ ਕਰਨੀ ਪਏਗੀ ਹੋਟਲ ਦਾ ਸਟਾਫ ਬਹੁਤ ਵਧੀਆ ਹੈ ਅਤੇ ਸਾਡੀ ਰਿਕੁਐਸਟ ਦੇ ਉੱਪਰ ਸਾਨੂੰ ਉਹਨਾਂ ਨੇ 1 ਰੂਮ ਐਡਵਾਂਸ ਪ੍ਰੀ ਚੈੱਕਇਨ ਕਰਨ ਵਾਸਤੇ ਦੇ ਦਿੱਤਾ ਸੋ ਪੰਗਾਓ ਦੇ ਵਿੱਚ ਕਾਫੀ ਹੋਟਲਸ ਨੇ ਡੋਲਫਿਨ ਬੇ ਰਿਜ਼ੋਰਟ ਵਨ ਆਫ ਦੈਮ ਆਈ ਥਿੰਕ ਇਟਸ ਅ ਗੁੱਡ ਰਿਜ਼ੋਰਟ ਫੋਰ ਸਟੇ ਸੋ ਬੋਹਲ ਦੇ ਵਿੱਚ ਆ ਗਏ ਟੁੱਕ ਟੁੱਕ ਆਟੋ ਇਹਨੂੰ ਟੁੱਕ ਟੁੱਕ ਕਹਿੰਦੇ ਆ ਅਗਰ ਤੁਸੀਂ ਲੋਕਲ ਘੁੰਮਣਾ ਹੈ ਤਾਂ ਤੁਸੀਂ ਇੱਥੇ ਇਹਨੂੰ ਹਾਇਰ ਕਰ ਸਕਦੇ ਹੋ ਅਤੇ ਸਸਤੇ ਰੇਟ ਦੇ ਉੱਪਰ ਤੁਹਾਨੂੰ ਮਿਲ ਜਾਏਗਾ ਘੁੰਮਣ ਵਾਸਤੇ ਹੁਣ ਇੱਥੇ ਇੱਕ ਇੰਡੀਅਨ ਰੈਸਟੋਰੈਂਟ ਹੈ ਆਪਾਂ ਉੱਥੇ ਖਾਣਾ ਖਾਣ ਜਾ ਰਹੇ ਹਾਂ ਅਤੇ ਇਸ ਹੋਟਲ ਤੋਂ ਉੱਥੇ ਤੱਕ ਦਾ 1 ਕਿਲੋਮੀਟਰ ਹੈ ਅਤੇ ਸਾਨੂੰ ਚਾਰਜ ਕਰ ਰਿਹਾ 100 ਰੁਪੀਸ ਉਹ ਕੈਬਿਨ ਇਜ਼ ਵਿਦ ਮੀ ਟੁੱਕ ਟੁੱਕ ਕੈਬਿਨ ਪਹਿਲਾਂ ਕਹਿ ਦੋ ਹੀ ਕੈਬਿਨ ਤਰਵਾਓ ਤੇਰੇ ਸੋ ਮੇਰੇ ਪਿੱਛੇ ਬੋਹਲ ਸ਼ਹਿਰ ਦੇ ਵਿੱਚ ਬਾਲੀਵੁੱਡ ਇੰਡੀਅਨ ਤੜਕਾ ਇੱਕ ਇੰਡੀਅਨ ਰੈਸਟੋਰੈਂਟ ਹੈ ਬਹੁਤ ਸੋਹਣਾ ਬਣਾਇਆ ਹੋਇਆ ਆ ਜੋ ਅੰਦਰ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਟੂਰਿਸਟ ਜਗ੍ਹਾ ਹੋਣ ਕਰਕੇ ਜਿਹੜਾ ਓਪਨ ਹੀ ਲੇਟ ਹੁੰਦਾ ਹੈ
ਇਹਨਾਂ ਨੂੰ ਪਹਿਲਾਂ ਕਾਲ ਕੀਤੀ ਸੀਗੀ ਅਤੇ ਕਹਿ ਰਹੇ ਸੀ 10:30 ਤੱਕ ਓਪਨ ਹੋ ਜਾਏਗਾ, ਬਟ ਹੁਣ ਕਹਿ ਰਹੇ ਕਿ 11 ਵਜੇ ਓਪਨ ਹੋਏਗਾ। ਉਨਾ ਟਾਈਮ ਵੇਟ ਕਰ ਲੈਂਦੇ ਆਪਾਂ ਇੱਥੇ, ਇਹਨਾਂ ਨੂੰ ਆਰਡਰ ਦੇ ਦਿੰਦੇ ਹਾਂ ਅਤੇ ਖਾਣੇ ਦਾ ਆਪਣਾ ਵੇਟ ਕਰਦੇ ਹਾਂ। ਬ੍ਰੇਕਫਾਸਟ ਕਰਨ ਤੋਂ ਬਾਅਦ ਮੈਂ ਬਾਹਰ ਦੇਖਿਆ ਤਾਂ ਕਾਫੀ ਜਣੇ ਇੱਥੇ ਮੋਟਰ ਬਾਈਕ ਜਿਹੜੇ ਰੈਂਟ 'ਤੇ ਦਿੰਦੇ ਸੀਗੇ। ਹਾਂ, ਮੋਟੋ ਬਾਈਕ ਫੋਰ ਰੈਂਟ, ਇਹ ਬਾਈਕ ਹੈ ਜੀ ਇੱਥੇ ਰੈਂਟ ਵਾਸਤੇ, ਤੁਸੀਂ ਲੈ ਸਕਦੇ ਹੋ। ਅਲੱਗ ਅਲੱਗ ਬਾਈਕਸ ਨੇ, ਠੀਕ ਹੈ। ਤੋ ਸਾਹਮਣੇ ਮੋਟਰ ਖੜੀਆਂ ਹੋਈਆਂ। ਹਾਂਜੀ, ਅਗਰ ਤੁਸੀਂ ਬੋਹਲ ਆ ਕੇ ਬਹੁਤ ਵਧੀਆ ਘੁੰਮਣਾ ਚਾਹੁੰਦੇ ਹੋ ਤਾਂ ਬੈਟਰ ਆਪਸ਼ਨ ਤੁਹਾਡੇ ਕੋਲ ਹੈਗੀ ਹੈ ਕਿ ਇੱਥੇ ਆ ਕੇ ਮੋਟਰ ਇਹਦੀ ਕਿਰਾਏ 'ਤੇ ਲੈ ਲਓ, ਅਤੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੋਰ ਹੁੰਦਾ ਹੈ। ਤੁਸੀਂ ਗਲੀ ਗਲੀ ਘੁੰਮ ਸਕਦੇ ਹੋ, ਅਲੱਗ ਅਲੱਗ ਇੱਥੇ ਰੈਸਟੋਰੈਂਟ ਨੇ, ਅਲੱਗ ਅਲੱਗ ਕੈਫੇ ਨੇ, ਉੱਥੇ ਤੁਸੀਂ ਜਾ ਸਕਦੇ ਹੋ। ਅਤੇ ਜਿਹੜਾ ਮੋਟਰ ਦਾ ਰੈਂਟ ਆ ਉਹ 300-400 ਰੁਪਏ ਤੋਂ ਸਟਾਰਟ ਹੁੰਦਾ ਹੈ, ਡਿਪੈਂਡਸ ਔਨ ਮੋਟਰ ਕਿਹੜੀ ਤੁਸੀਂ ਮੋਟਰ ਆ। ਐਨਮੈਕਸ ਮੋਟਰ ਹੈ, 600 ਰੁਪਏ ਰੈਂਟ ਆ ਇੱਕ ਦਿਨ ਦਾ। Happy birthday! Thank you. How are you feeling here? Good. Wow, it's so nice. No? It's swimming pool in here. Yeah, yeah. Like swimming pool, I think, right? We have swimming pool access also from our room. ਸਵੇਰੇ ਆਪਾਂ ਇੱਥੇ ਗਏ ਸੀਗੇ ਪੰਜਾਬੀ ਢਾਬੇ ਦੇ ਉੱਪਰ, ਪੰਜਾਬੀ ਰੈਸਟੋਰੈਂਟ ਹੈ ਇੱਥੇ ਮੋਲ ਦੇ ਵਿੱਚ, ਉੱਥੇ ਆਪਾਂ ਖਾਣਾ ਖਾਧਾ, ਬਹੁਤ ਵਧੀਆ ਖਾਣਾ ਸੀਗਾ ਉੱਥੇ, ਅਤੇ ਆ ਕੇ ਨਹਾਤਾ ਅਤੇ ਕੈਫੇ ਗਏ। ਹੁਣ ਆਪਾਂ ਇੱਥੇ ਬਹੁਤ ਵਧੀਆ ਵਧੀਆ ਕੈਫੇ ਨੇ, ਆਪਾਂ ਉਹਨਾਂ ਨੂੰ ਬਾਹਰ ਜਾ ਕੇ ਕੈਫੇ ਦੇ ਵਿੱਚ ਜਾ ਕੇ ਦੇਖਾਂਗੇ, ਪਰ ਮੈਂ ਕਾਫੀ ਮੈਂ ਇੱਥੇ ਬਣਾ ਕੇ ਪੀ ਰਿਹਾ। ਹਾਂ, ਕੈਫੇ ਜਾ ਕੇ ਹੋਰ ਡਰਿੰਕਸ ਵਗੈਰਾ ਕੁਛ ਮੋਕਟੇਲ ਵਗੈਰਾ ਪੀ ਸਕਦੇ ਨਾ ਆਪਾਂ, ਹੈ ਨਾ। ਪਰ ਜਿਹੜੇ ਤੁਸੀਂ ਪੰਜਾਬੀ ਰੈਸਟੋਰੈਂਟ ਗਏ ਸੀ ਉੱਥੇ ਦਾ ਫੂਡ ਤੁਸੀਂ ਖਾਧਾ? ਕੀ ਕੀ ਲਿਆ ਸੀ ਫਿਰ ਉੱਥੇ ਤੁਸੀਂ? ਨੂਡਲਸ ਖਾਧੇ ਆਪਾਂ, ਨੂਡਲਸ ਖਾਧੇ, ਹੋਰ ਤੇ ਮੈਂਗੋ ਸ਼ੇਕ ਤੇ ਆ ਮੈਂ ਉਤੋਂ ਮੈਂ ਆ ਦਿੱਤਾ ਜੇ ਲੈ ਕੇ ਆਏ, ਸਟਰਾ ਲੈ ਕੇ ਆਏ, ਸਟਰਾ ਨਾਲ ਅੰਬ੍ਰੇਲਾ ਵੀ ਆ। ਵਾਓ, ਹੁਣ ਅਸੀਂ ਕਿੱਥੇ ਜਾ ਰਹੇ ਹਾਂ? ਵੀ ਆਰ ਗੋਇੰਗ ਟੂ ਕੈਫੇ, ਪੂਰੀ ਰਾਤ ਸਾਡੀ ਹੈ, ਠੀਕ ਹੈ। ਤੇ ਬੀਚ ਕੋਲੇ ਪੈਂਦਾ ਹੈ, ਹੋਟਲ ਵੀ ਕਾਫੀ ਵਧੀਆ ਹੋਟਲ ਹੈ ਇੱਥੇ, ਹੋਟਲ ਦੇ ਰੂਮ ਵੀ ਕਾਫੀ ਵਧੀਆ ਹੈ। Beautiful. Say thanks, Pari. Say thank you. Say thank you. ਚਲੋ ਜੀ ਚਲੀਏ ਫਿਰ। ਹਾਂਜੀ, ਅਤੇ ਆਪਾਂ ਜਾ ਰਹੇ ਹਾਂ ਬਾਸਾ ਬਿਲਾ ਰਿਜ਼ੋਰਟ ਹੈ ਇੱਕ, ਇੱਥੋਂ 4 ਕਿਲੋਮੀਟਰ ਦੂਰ ਹੈ, ਉੱਥੇ ਜਾ ਰਹੇ। ਬਹੁਤ ਵਧੀਆ ਰਿਜ਼ੋਰਟ ਬਣਿਆ ਹੋਇਆ, ਕੈਫੇ ਬਣਿਆ ਹੋਇਆ,
ਤੇ ਦੇਖਦੇ ਉੱਥੇ ਜਾ ਕੇ। ਜਿਹੜਾ ਕੈਫੇ ਆਪਣਾ ਇੰਟਰਨੈਟ ਤੇ ਦੇਖਿਆ ਸੀਗਾ ਬਹੁਤ ਵਧੀਆ ਵੀ ਲੋਕੇਸ਼ਨ ਆ, ਲੋਕੇਸ਼ਨ ਵੀ ਹੈਗੀ ਤੇ ਬਹੁਤ ਵਧੀਆ ਬਣਿਆ ਹੋਇਆ। ਹਾਂਜੀ, ਹੁਣ ਇਸ ਤੋਂ ਬਾਅਦ ਇੱਥੇ ਇੱਕ ਰੈਸਟੋਰੈਂਟ ਹੈ, ਕਿਹੜਾ ਕੀ ਨਾਮ ਉਹਦਾ? ਗਿਟਾਰ ਵੁੱਡ ਹਾਊਸ। ਉਹ ਗਿਟਾਰ ਦੀ ਸ਼ੇਪ ਦਾ ਬਣਾਇਆ ਹੋਇਆ, ਉਹਨੂੰ ਦੇਖਣ ਵਾਸਤੇ ਅੰਦਰ ਆਪਾਂ ਆਏ ਹਾਂ। ਉਹਨੂੰ ਲੱਭ ਰਹੇ ਹਾਂ ਗੂਗਲ ਦੇ ਵਿੱਚ ਅਤੇ ਇਹ ਰਸਤਾ ਜਾ ਰਿਹਾ। ਨਮਸਤੇ, ਕਿੱਦਾਂ ਜੀ? ਵਧੀਆ। ਸਾਡੇ ਨਿਊ ਗੈਸਟ ਪੰਡਿਤ ਜੀ ਫਰੋਮ ਮਨੀਲਾ, ਮਲਵੇ ਸਾਹਿਬ, ਵੈਲਕਮ ਟੂ ਪੰਗਲਾ ਬੋਹਲ। ਓਕੇ, ਸਾਰੇ ਕੈਫੇ ਘੁੰਮਣ ਤੋਂ ਬਾਅਦ ਰਾਤ ਦੀ ਪਾਰਟੀ ਵਾਸਤੇ ਜੋ ਆਪਾਂ ਫਾਈਨਲ ਕੀਤਾ ਉਹ ਮੂਸਾ ਕੈਫੇ ਆ। ਕੋਈ ਬਹੁਤ ਵਧੀਆ ਲਾਈਟਨਿੰਗ ਔਰ ਇਹਦੀ ਡੈਕੋਰੇਸ਼ਨ ਇੱਕ ਅਲੱਗ ਰੂਪ ਦਿੰਦੀ ਸੀ ਇਸ ਕੈਫੇ ਨੂੰ, ਅਤੇ ਇਹ ਕੁਛ ਵੀਡੀਓਜ਼ ਨੇ ਉਸ ਬਰਥਡੇ ਪਾਰਟੀ ਦੀਆਂ। Thank you.
ਸਾਰੀਆਂ ਚਿਲਮਾਂ ਹੈ ਓਹੋ ਅੱਛਾ ਇਹ ਤਾਂ ਬੇ ਹੈ ਸਾਡੇ ਬੈਲੀਆਂ ਦਾ ਪੂਰਾ ਪਤਾ ਨੀ ਲੱਗਿਆ ਕੀ ਮੈਨੂੰ ਪਤਾ ਲੱਗਾ ਪੂਰਾ ਬੈਲੀਆਂ ਦਾ ਪੂਰਾ ਸਮਾਨ ਹੈ ਪੂਰਾ
ਹਾਂਜੀ ਦੋਸਤੋ, ਇਹ ਸੀ ਬੋਹਲ ਦਾ ਪਹਿਲਾ ਦਿਨ ਜਿਹਦੇ ਵਿੱਚ ਆਪਾਂ ਅਲੱਗ ਅਲੱਗ ਕੈਫੇ ਵਿੱਚ ਘੁੰਮੇ ਹਾਂ ਪੰਗਲਾਓ ਬੀਚ ਦੇ ਵਿੱਚ, ਪੰਗਲਾਓ ਏਰੀਆ ਇਹਨੂੰ ਕਹਿੰਦੇ ਆ, ਅਤੇ ਕੱਲ੍ਹ ਤੋਂ ਮੇਨ ਬੋਹਲ ਦਾ ਟੂਰ ਸਟਾਰਟ ਹੋ ਰਿਹਾ ਜਿਹਦੇ ਵਿੱਚ ਆਪਾਂ ਚੋਕਲੇਟ ਹਿਲਸ ਅਤੇ ਟਰਸ਼ਰ ਸੈਂਚਰੀ ਵੀ ਜਾਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ।